ਠੀਕ ਹੈ ਜੀ ਅਸੀਂ ਇਹਦੇ ਵਿੱਚ ਪਹਾੜ ਵੀ ਆਉਂਦੇ ਪਠਾਰ ਵੀ ਆਉਂਦੀ ਆ ਮੈਦਾਨ ਵੀ ਆਉਂਦੇ ਰੇਗਿਸਤਾਨ ਵੀ ਆਉਂਦੇ ਦੀਪ ਸਮੂਹ ਵੀ ਆਉਂਦੇ ਜੀ ਪਹਾੜ ਬਹੁਤ ਉੱਚੇ ਹੁੰਦੇ ਆ ਜੀ ਇਹਨਾਂ ਨੂੰ ਆਸਾਨੀ ਨਾਲ ਪਾਰ ਨਹੀਂ ਕੀਤਾ ਜਾ ਸਕਦਾ ਜਿਸ ਅਜਿਹੇ ਜੰਗਲੀ ਦਰੇ ਬਣਾਏ ਹੁੰਦੇ ਆ ਜੀ ਪਠਾਰ ਦੀ ਛੋਟੀ ਦਰੇ ਕਿਹਨੂੰ ਕਿਹਾ ਜਾਂਦਾ ਦਰੇ ਕਿਹਨਾਂ ਨੂੰ ਕਿਹਾ ਜਾਂਦਾ ਜੀ ਜੀ ਰਸਤੇ ਜਿਹੜੇ ਲੰਘਦੇ ਬਣਾਏ ਜਾਂਦੇ ਆ ਜੀ ਪਠਾਰ ਛੋਟੇ ਹੁੰਦੇ ਆ ਪਹਾੜਾਂ ਨਾਲ ਜੀ ਉਹਨਾਂ ਨੂੰ ਪਾਰ ਕੀਤਾ ਜਾ ਸਕਦਾ ਆਸਾਨੀ ਨਾਲ ਜੀ ਉਹਨਾਂ ਨੂੰ ਆਪਾਂ ਪਾਰ ਕਰ ਸਕਦੇ ਹਾਂ ਜੇ ਪਾਰ ਦੂਸਰੇ ਵਿਸ਼ਾਲ ਮੈਦਾਨ ਹੈ ਜੀ ਇਹ ਪਰ ਬਣਾਏ ਗਏ ਆ ਜੇ ਮੈਦਾਨ ਬਹੁਤ ਉਪਜਾਊ ਆ ਜੀ ਇੱਥੇ ਬਹੁਤ ਸਾਰੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਇੱਥੇ ਲੋਕ ਰਹਿੰਦੇ ਆ ਉਹਨਾਂ ਦਾ ਰਹਿਣ ਸਿਵਾਏ ਜੀ ਉੱਥੇ ਵੱਖ ਵੱਖ ਸਾਰੇ ਵਰਤੋਂ ਕੀਤੀ ਜੀ ਇੱਥੇ ਜਿਹੜੇ ਵਿਸ਼ਵ ਮੰਦਰ ਆ ਜਿਹੜੀ